ਕੱਲ੍ਹ ਦੀ ਵੀਡੀਓ ਇੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਐਨ ਜੀ ਓ ਦੀ ਜਿਹੜੀ ਲੇਡੀ ਹੈਗੀ ਹੈ ਨੇਹਾ, ਉਸ ਦੀ ਐਸ ਐਚ ਓ ਦੇ ਨਾਲ ਬਹਿਸ ਹੋ ਜਾਂਦੀ ਹੈ। ਬਹਿਸ ਤੋਂ ਬਾਅਦ ਇਹ ਗੱਲ ਵੱਧ ਜਾਂਦੀ ਹੈ ਅਤੇ ਜਿਹੜੇ ਐਸ ਐਚ ਓ ਹੈਗੇ ਆ ਉਹ ਉਹਨਾਂ ਨੂੰ ਬਾਹਰ ਜਾਣ ਵਾਸਤੇ ਕਹਿੰਦੇ ਨੇ, ਲੇਡੀਜ਼ ਪੁਲਿਸ ਤੋਂ ਬਾਹਰ ਜਾਣ ਦੀ ਗੱਲਬਾਤ ਕਰਦੇ ਨੇ। ਅਤੇ ਸਾਡੇ ਨਾਲ ਉਹ ਐਨ ਜੀ ਓ ਦੀ ਜਿਹੜੀ ਲੇਡੀ ਹੈਗੀ ਨੇਹਾ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਹਾਂ ਵੀ ਇਹ ਕੀ ਸੀ ਪੂਰਾ ਮਾਮਲਾ ਔਰ ਕਿਸ ਕਰਕੇ ਤੁਸੀਂ ਉੱਥੇ ਗਏ ਸੀਗੇ ਅਤੇ ਕਿਉਂ ਇੱਦਾਂ ਦਾ ਜਿਹੜੀ ਬਹਿਸਬਾਜ਼ੀ ਹੋਈ ਹੈ। ਮੈਮ, ਕੀ ਮਾਮਲਾ ਸੀਗਾ ਅਤੇ ਇਹ ਕਿੱਦਾਂ ਹੋਇਆ ਸੀਗਾ ਉਸ ਦਿਨ ਜਿਹੜੀ ਵੀਡੀਓ ਵਾਇਰਲ ਹੋ ਰਹੀ, ਕਾਫੀ ਚੈਨਲਾਂ ਦੇ ਉੱਤੇ ਘੁੰਮ ਰਹੀ ਹੈ? ਸਰ, ਤੁਸੀਂ ਦੇਖ ਸੁਣਿਆ ਹੋਊਗਾ ਵੀਡੀਓ 'ਚ, ਔਰ ਉੱਥੇ ਜਾਣ ਦਾ ਮਾਮਲਾ ਇਹ ਹੈਗਾ ਕਿ ਉੱਥੇ ਇੱਕ 4 ਸਾਲ ਦੀ ਬੱਚੀ ਦਾ ਪਹਿਲਾਂ ਰੇਪ ਹੋਇਆ, ਫਿਰ ਉਹਦਾ ਮਰਡਰ ਹੋਇਆ, ਔਰ ਜਿਹਨੇ ਕੀਤਾ ਹੈ ਉਹ ਫਰਾਰ ਹੈ, ਠੀਕ ਹੈ, ਅਤੇ ਪੁਲਿਸ ਉਹਨੂੰ ਫੜ ਨਹੀਂ ਰਹੀ ਹੈ। ਇਸੇ ਕਰਕੇ ਮੇਰਾ ਉੱਥੇ ਜਾਣਾ ਹੁੰਦਾ ਹੈ, ਐਸ ਐਚ ਓ ਨਾਲ ਗੱਲਬਾਤ ਹੋਈ ਹੈ। ਬਾਕੀ ਗੱਲਬਾਤ ਕਿੱਦਾਂ ਹੋਈ ਹੈ, ਕੀ ਹੋਈ ਹੈ, ਤੁਸੀਂ ਸੁਣਿਆ ਹੀ ਹੈ ਵੀਡੀਓ 'ਚ। ਮੈਮ, ਐਸ ਐਚ ਓ ਦਾ ਵੀ ਵਰਜ਼ਨ ਆਇਆ ਵਾ, ਉਹ ਕਹਿ ਰਹੇ ਨੇ ਵੀ ਲੇਡੀਜ਼ ਨੇ ਪ੍ਰੀ ਪਲੈਨ ਦੇ ਮੁਤਾਬਕ ਇਹ ਵੀਡੀਓ ਤਿਆਰ ਕੀਤੀ ਹੈ, ਅਤੇ ਇਹ ਪਹਿਲਾਂ ਵੀਡੀਓ ਦੇ ਵਿੱਚ ਬੜੇ ਸ਼ਾਂਤ ਤਰੀਕੇ ਨਾਲ ਮਹਿਲਾ ਗੱਲ ਕਰ ਰਹੀ ਹੈ, ਉਸ ਤੋਂ ਬਾਅਦ ਜਾਣੀ ਕਿ ਪਹਿਲਾਂ ਦੀ ਗੱਲ ਕਰੀਏ ਅਤੇ ਸਾਨੂੰ ਥ੍ਰੈਟ ਕਰਤੀ ਸੀਗੀ, ਸਾਨੂੰ ਧਮਕੀਆਂ ਦਿੰਦੀ ਸੀ ਵੀ ਅਸੀਂ ਜਾਮ ਕਰਾਂਗੇ, ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ, ਅਤੇ ਕਿੱਥੇ ਤੱਕ ਸਜਾਈ ਹੈ? ਨਹੀਂ ਸਰ, ਮੈਂ ਸਰ ਉਹਨਾਂ ਨੂੰ ਨਹੀਂ ਮਿਲੀ, ਮੈਂ ਫਸਟ ਟਾਈਮ ਮਿਲੀ ਸੀ, ਉਸ ਟਾਈਮ ਮੈਨੂੰ ਪਤਾ ਲੱਗਿਆ ਸੀ ਕਿ ਇਹ ਕਿਸ ਤਰੀਕੇ ਨਾਲ ਗੱਲ ਕਰਦੇ ਹੈ। ਬਾਕੀ ਪੁਲਿਸ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ, ਕਿਉਂਕਿ ਜਿਹਦੇ ਨਾਲ ਇੱਦਾਂ ਦਾ ਕੰਮ ਹੁੰਦਾ ਉਹ ਵਾਰ ਵਾਰ ਜਾਂਦਾ ਹੈ, ਜੇ ਜਾ ਸਕਦਾ ਹੈ। ਕਈ ਵਾਰੀ ਤਾਂ ਇੱਦਾਂ ਹੁੰਦਾ ਜਿੰਨਾ ਨਾ ਹੁੰਦਾ ਉਹ ਇੰਨਾ ਪੁਲਿਸ ਥਾਣੇ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨਾਂ 'ਤੇ ਦੁੱਖ ਵੀ ਹੁੰਦਾ ਹੈ, ਠੀਕ ਹੈ। ਮੇਰਾ ਕੰਸਰਨ ਇਹੀ ਸੀਗਾ ਉੱਥੇ ਜਾਣ ਦਾ, ਫਸਟ ਮੀਟਿੰਗ ਮੇਰੀ ਉਹਨਾਂ ਨਾਲ ਹੋਈ ਸੀ, ਠੀਕ ਹੈ। ਉਸ ਟਾਈਮ ਮੈਨੂੰ ਪਤਾ ਲੱਗਿਆ ਸੀ ਕੋਈ ਪ੍ਰੀਪਲੈਂਡ ਨਹੀਂ ਹੈ, ਕੋਈ ਕੁਛ ਨਹੀਂ ਹੈ, ਵੀਡੀਓ ਵੀ ਪੂਰੀ ਹੈ, ਇੱਦਾਂ ਵੀ ਨਹੀਂ ਕਿ ਮੈਂ ਉਹਨੂੰ ਕੱਟ ਪਿੱਟ ਕੀਤਾ ਹੋਏਗਾ। ਐਸ ਐਚ ਓ ਦਾ ਐਂਗਰੀ ਸਾਈਡ ਤੁਸੀਂ ਦੇਖ ਲਿਆ ਹੈ ਕਿ ਐਸ ਐਚ ਓ ਇੰਨੇ ਗੁੱਸੇ ਵਾਲੇ, ਜਦੋਂ ਤੁਸੀਂ ਉਹਨਾਂ ਤੋਂ ਪੁੱਛ ਰਹੇ ਹੋ, ਪੁੱਛ ਸਕਦੇ ਹਾਂ ਅਸੀਂ, ਠੀਕ ਹੈ, ਪੁੱਛਦੇ ਹਾਂ ਤਾਂ ਉਹ ਇਸ ਤਰੀਕੇ ਨਾਲ ਜਵਾਬ ਦਿੰਦੇ, ਕਿਉਂਕਿ ਉਹਨਾਂ ਨੇ ਜਿੰਨਾ ਕੰਮ ਕੀਤਾ ਹੁੰਦਾ ਹੈ ਉਹ ਇਨਫ ਨਹੀਂ ਹੈ, ਸਾਡੇ ਲਈ ਇਨਫ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਉਹਨੂੰ ਫੜੋ, ਬਟ ਉਹਨਾਂ ਕੋਲੋਂ ਇਹ ਕੰਮ ਹੋ ਨਹੀਂ ਰਿਹਾ, ਇਸ ਕਰਕੇ ਉਹਨਾਂ ਨੇ ਮੈਨੂੰ ਧੱਕੇ ਧੁੱਕੇ ਮਾਰੇ ਆ, ਨਾਲੇ ਝੂਠ ਬੋਲ ਰਹੇ ਇੰਨੇ, ਮਤਲਬ ਐਸ ਐਚ ਓ ਉਹਨਾਂ ਮਤਲਬ ਉਹਦਾ ਇੰਨਾ ਵਧੀਆ ਇੰਨਾ ਵੱਡਾ ਹੁੰਦਾ, ਉੱਥੇ ਬਹਿ ਕੇ ਘੱਟੋ ਘੱਟ ਬੰਦੇ ਨੂੰ ਝੂਠ ਨਹੀਂ ਬੋਲਣਾ ਚਾਹੀਦਾ। ਕਿ ਮੈਂ 5-6 ਵਾਰ ਗਈ ਹਾਂ, ਫਸਟ ਝੂਠ ਕੋਈ ਮੈਂ ਉਹਨਾਂ ਨੂੰ ਥਰੈਡ ਕਰਦੀ ਹਾਂ, ਸੈਕਿੰਡ ਕਿ ਮੈਂ ਉਹਨਾਂ ਨੂੰ ਧਮਕੀ ਦਿੱਤੀ, ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ। ਸਰ, ਮੈਂ ਉਹਨਾਂ ਨੂੰ ਧਮਕੀਆਂ ਕਿਉਂ ਦਊਂਗੀ? ਮੇਰਾ ਕੋਈ ਕੰਸਰਨ ਹੀ ਨਹੀਂ ਉਹਨਾਂ ਨਾਲ, ਉਹਨਾਂ ਨੂੰ ਧਮਕੀ ਦੇਣ ਦਾ, ਮੇਰਾ ਕੋਈ ਪਰਸਨਲ ਇਸ਼ੂ ਥੋੜ੍ਹੀ ਹੈ। ਹਾਂ, ਪਰਸਨਲ ਹੈ, ਬਿਲਕੁਲ ਹੈ, ਕਿਉਂਕਿ ਆਪਣੀ ਸੋਸਾਇਟੀ 'ਚ ਜਦੋਂ ਇੱਦਾਂ ਦਾ ਕੁਛ ਕੰਮ ਹੁੰਦਾ ਹੈ ਉਹਨੂੰ ਪਰਸਨਲ ਲੈ ਕੇ ਜੇ ਚਲੋਗੇ ਤਾਂ ਹੀ ਆਪਾਂ ਕੰਮ ਕਰ ਸਕਦੇ ਹਾਂ, ਠੀਕ ਹੈ। ਐਸ ਐਚ ਓ ਨੂੰ ਇਹ ਹੈ ਕਿ ਉਹਨਾਂ ਦੇ ਰੁਤਬੇ ਨੂੰ ਕਿਉਂ ਹਰਟ ਹੋ, ਉਹਨਾਂ ਦੀ ਈਗੋ ਹਰਟ ਕਿਉਂ ਕੀਤੀ ਜਾ ਰਹੀ ਹੈ, ਜੇ ਅਸੀਂ ਪੁੱਛਦੇ ਹਾਂ ਤਾਂ ਉਹਨਾਂ ਨੂੰ ਇਹ ਫੀਲ ਹੁੰਦਾ, ਤਾਂ ਉਹਨਾਂ ਦੀ ਸੋਚ ਹੈ ਜੀ। ਮੈਡਮ, ਉੱਚ ਅਧਿਕਾਰੀਆਂ ਵੱਲੋਂ ਇਹ ਜਾਂਚ ਬਿਠਾਈ ਗਈ ਹੈ, ਉਹਦੇ ਵਿੱਚ ਐਸ ਐਚ ਓ ਨੂੰ ਵੀ ਸੰਮਨ ਕੀਤਾ ਗਿਆ, ਤੁਹਾਨੂੰ ਵੀ ਸੰਮਨ ਆਇਆ ਕੋਈ? ਨਹੀਂ ਸਰ, ਮੈਨੂੰ ਕੋਈ ਸੰਮਨ ਨਹੀਂ ਆਇਆ, ਨਾ ਮੈਂ ਕੋਈ FIR ਬਣਦੀ ਹੈ। ਮੈਨੂੰ ਕਹਿੰਦੇ ਆ ਪ੍ਰੈਸ ਵਾਲੇ, ਸਾਰੇ ਕਹਿੰਦੇ ਆ ਕਿ ਤੁਸੀਂ SHO 'ਤੇ FIR ਕਰ ਦਿਓ, ਕਿਉਂਕਿ ਉਹਨਾਂ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਹੈ। ਬਟ ਸਰ, ਨਹੀਂ, ਮੇਰੀ ਫਾਈਟ ਉਹਨਾਂ ਨਾਲ ਨਹੀਂ ਹੈ, ਮੇਰੀ ਫਾਈਟ ਹੋਰ ਵੀ ਬਹੁਤ ਇਹਨਾਂ ਦੇ ਵਰਗੇ ਬਹੁਤ SHO ਹੈ, ਮੈਂ ਹੋਰ ਵੀ ਕਈ ਵਾਰ ਮੈਂ ਧੱਕੇ ਖਾ ਚੁੱਕੀ ਹਾਂ, ਔਰ ਮੈਂ ਖਾਂਦੀ ਹਾਂ ਔਰ ਮੈਂ ਖਾਂਦੀ ਰਹਾਂਗੀ, ਮੈਨੂੰ ਕੋਈ ਇਸ਼ੂ ਨਹੀਂ ਹੈ। ਜੇ ਉਹਨਾਂ ਨੇ ਮੈਨੂੰ ਕੁੱਟਮਾਰ ਵੀ ਕਰਨੀ, ਮੇਰੇ ਨਾਲ ਕਰ ਸਕਦੇ ਹੈ, ਮੇਰਾ ਇਹ ਨਹੀਂ ਹੈ ਲੜਾਈ, ਮੇਰੀ SHO ਕਿਸੇ ਨਾਲ ਮੇਰੇ ਪੂਰੇ ਸਿਸਟਮ ਨਾਲ ਲੜਾਈ ਹੈ। ਕਿ ਕਿਉਂ, ਮਤਲਬ ਜਦੋਂ ਇੱਦਾਂ ਦਾ ਬੱਚਾ ਆਪਣਾ ਮਰ ਵੀ ਚੁੱਕਾ ਹੈ, ਉਹਦੀ ਡੈਥ ਵੀ ਹੋ ਚੁੱਕੀ ਹੈ, ਮਰਡਰ ਹੋਇਆ ਹੈ, ਰੇਪ ਹੋਇਆ, ਉਸ ਤੋਂ ਬਾਅਦ ਵੀ ਤੁਹਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਕੰਮ ਕਰਨਾ ਚਾਹੀਦਾ, ਫਿਰ ਕਿੱਦਾਂ ਸਮਝਾਇਆ ਜਾਵੇ? ਮੈਮ, ਕਿਹਾ ਜਾ ਰਿਹਾ SHO ਨੇ ਕਿਹਾ ਆ ਵੀ ਟੀਮਾਂ ਬਣਾ ਕੇ ਅਸੀਂ ਭੇਜੀਆਂ ਹੋਈਆਂ ਨੇ ਰੇਡ ਕਰਨ ਵਾਸਤੇ UP, ਬਿਹਾਰ, ਮਤਲਬ ਅਲੱਗ ਅਲੱਗ ਜਗ੍ਹਾ 'ਤੇ ਭੇਜੀਆਂ ਹੋਈਆਂ ਆ, ਅਤੇ ਫਿਰ ਵੀ ਜਿਹੜੇ ਹੈਗੇ ਕਹਿੰਦੇ ਵੀ ਸਾਨੂੰ ਥ੍ਰੈਟ ਕੀਤਾ ਜਾ ਰਿਹਾ ਵੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ।
ਸਰ ਟੀਮ ਦੇਖੋ 10 ਡੇਜ਼ 50 ਆਈ ਥਿੰਕ 28 ਦੀ ਗੱਲ ਹੈ, ਠੀਕ ਹੈ, 10-15 ਡੇਜ਼ ਆਲਮੋਸਟ ਹੋ ਚੁੱਕੇ ਹੈ, ਠੀਕ ਹੈ। ਅਗਰ ਕਿਸੇ ਕੇਸ ਨੂੰ ਟਰੇਸ ਇੰਨੇ ਹੀਲੀਅਸ ਮਤਲਬ ਕ੍ਰਾਈਮ ਨੂੰ ਟਰੇਸ ਕਰਨ ਦੇ ਲਈ ਤਾਂ ਇੰਨਾ ਟਾਈਮ ਲੱਗ ਜਾਣਾ, ਹੋਰ ਵੀ ਅੱਗੇ ਲੱਗ ਜਾਣਾ, ਕਿੰਨਾ ਕੁ ਟਾਈਮ ਲੱਗ ਜਾਣਾ। ਜਦੋਂ ਕੋਈ ਹੋਰ ਮਤਲਬ ਇੱਦਾਂ ਦਾ ਜਲੰਧਰ DSP ਦਾ ਮਰਡਰ ਹੋਇਆ, 48 ਆਵਰ 'ਚ ਟਰੇਸ ਕਰ ਲਿਆ, ਹੈ ਨਾ। ਮੈਡਮ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ ਆ, ਵੀ SHO ਨੂੰ ਮਿਲਣੀ ਚਾਹੀਦੀ ਹੈ, ਸਜ਼ਾ ਮਿਲਣੀ ਚਾਹੀਦੀ ਹੈ, ਜਾਂ ਤੁਸੀਂ ਬੱਚੀ ਦੇ ਮਾਮਲੇ ਨੂੰ ਲੈ ਕੇ ਵੀ ਚਾਹੁੰਦੇ ਆ ਵੀ ਉਹਨੂੰ ਇਨਸਾਫ਼ ਮਿਲੇ? ਨਹੀਂ ਸਰ, ਮੇਰਾ SHO ਨਾਲ ਕੋਈ ਕੰਸਰਨ ਨਹੀਂ ਹੈ, ਉਹਨਾਂ ਨੇ ਜੋ ਕੁਛ ਕਰਨਾ ਹੈ ਕੰਮ ਹੀ ਕਰਨਾ। ਮੈਂ ਫਿਰ ਵੀ ਉਹਨਾਂ ਕੋਲੋਂ ਰਿਕੁਐਸਟ ਹੀ ਕਰਾਂਗੀ ਕਿ ਪਲੀਜ਼ ਤੁਸੀਂ ਆਪਣਾ ਕੰਮ ਲੋਇਲ ਹੋ ਕੇ ਕਰੋ, ਤੁਸੀਂ ਮੇਰਾ ਕੰਸਰਨ ਕੋਈ ਨਹੀਂ ਹੈ, ਨਾ ਮੇਰੀ ਕੋਈ ਫਾਈਟ ਉਹਨਾਂ ਨਾਲ, ਬਸ। ਤੇ ਤੁਸੀਂ ਇਹ ਚਾਹੁੰਦੇ ਹੋ ਵੀ ਬੱਚੀ ਨੂੰ ਇਨਸਾਫ਼ ਮਿਲੇ? ਹਾਂਜੀ, ਬੱਚੀ ਨੂੰ ਇਨਸਾਫ਼ ਮਿਲੇ, ਜਿਹੜਾ ਮੁਜਰਮ ਉਹਨੂੰ ਫੜਿਆ ਜਾਵੇ ਅਤੇ ਅੱਗੇ ਦੀ ਕਾਰਵਾਈ ਹੋਵੇ। ਮੇਰੀ ਵੀ ਇਹੀ ਮੰਗ ਹੈ, ਉੱਥੇ ਜਿਨ੍ਹਾਂ ਨਾਲ ਹੋਇਆ ਉਹਨਾਂ ਦੀ ਵੀ ਇਹੀ ਮੰਗ ਹੈ, ਪੂਰੀ ਸੁਸਾਇਟੀ ਪੂਰੇ ਦੇਸ਼ ਦੀ ਇਹੀ ਮੰਗ ਹੈ। ਜਿਹੜਾ ਮੇਰੇ ਨਾਲ ਹੋਇਆ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਥੈਂਕ ਯੂ। ਤੁਸੀਂ ਨੇਹਾ ਦਾ ਕਹਿਣਾ ਇਹ ਹੈਗਾ ਵੀ ਸਾਡੀ SHO ਨਾਲ ਕੋਈ ਫਾਈਟ ਨਹੀਂ ਹੈ, ਸਾਡੀ ਫਾਈਟ ਹੈਗੀ ਆ ਵੀ ਇਨਸਾਫ਼ ਮਿਲਣਾ ਚਾਹੀਦਾ। 4 ਸਾਲ ਦੀ ਬੱਚੀ ਜਿਹਨੂੰ ਰੇਪ ਕਰਕੇ ਅਤੇ ਉਹਦਾ ਕਤਲ ਕਰ ਦਿੱਤਾ ਗਿਆ, ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ, ਨਿਊਜ਼ 18 ਪੰਜਾਬ।